ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਆਦਾਬ। ਆਜ ਕਾ ਜੋ ਮੇਨ ਮੁੱਦਾ ਹੈ ਵੋ ਅਭੀ ਹਮ ਆਪਕੇ ਸਾਹਮਣੇ ਲੈ ਕੇ ਆਏਂਗੇ। ਪਹਿਲੇ ਤੋਂ ਹਮ ਬੰਦੂ ਰੱਖ ਅਸੀਂ ਬੰਦੂ ਰੱਖ ਗਰਾਊਂਡ ਵਿੱਚ ਬੈਠੇ ਹਾਂ ਸਾਰੇ। ਬੰਦੂ ਰੱਖ ਦੀ ਹਾਕੀ ਟੀਮ ਵੱਲੋਂ ਮੈਂ ਇਸ ਵਕਤ ਬੰਦੂ ਰੱਖ ਦੇ ਮੈਂਬਰਾਂ ਨੂੰ, ਬੰਦੂ ਰੱਖ ਦੇ ਟੀਮ ਨੂੰ ਰੀਪ੍ਰਜੈਂਟ ਕਰ ਰਿਹਾ ਹਾਂ ਅਤੇ ਬੰਦੂ ਰੱਖ ਦੀ ਟੀਮ ਵੱਲੋਂ, ਸਮੂਹ ਟੀਮ ਵੱਲੋਂ ਐਲ ਜੀ ਸਾਹਿਬ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਸਾਡੇ ਇਸ ਗਰਾਊਂਡ ਦੇ ਵਿੱਚ ਜੋ ਐਸਟ੍ਰੋਟਰਫ ਸਾਨੂੰ ਦਿੱਤਾ ਹੈ, ਸੈਂਕਸ਼ਨ ਕੀਤਾ ਹੈ, ਉਸ ਦਾ ਅਸੀਂ ਦੇਣ ਕਦੀ ਜ਼ਿੰਦਗੀ 'ਚ ਨਹੀਂ ਦੇ ਸਕਦੇ, ਕਿਉਂਕਿ ਇਹ ਐਸਟ੍ਰੋਟਰਫ ਜਿਹੜਾ ਹੈ ਸਾਡੇ ਹਾਕੀ ਦੇ ਬੱਚਿਆਂ ਲਈ ਹੈ, ਬੱਚਿਆਂ ਦੇ ਫਿਊਚਰ ਲਈ ਹੈ। ਬੱਚੇ ਇੱਥੇ ਖੇਡਣਗੇ। ਅੱਜ ਕੱਲ੍ਹ ਜੋ ਭੈੜੀਆਂ ਆਦਤਾਂ, ਭੈੜੇ ਸਿਸਟਮ ਦੇ ਵਿੱਚੋਂ ਬਾਹਰ ਨਿਕਲ ਕੇ ਇੱਕ ਸਪੋਰਟਸ ਵਿੱਚ ਆ ਕੇ ਆਪਣਾ ਜੋ ਜੀਵਨ ਦਾ ਜੋ ਮਨੋਰਥ ਪੂਰਾ ਕਰਨਗੇ। ਸੋ ਅਸੀਂ ਫਿਰ ਸਾਰੇ ਬੰਦੂ ਰੱਖ ਦੇ ਆਵਾਮ ਵੱਲੋਂ, ਬੰਦੂ ਰੱਖ ਦੀ ਟੀਮ ਵੱਲੋਂ ਐਲ ਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਪੋਰਟਸ ਕੌਂਸਲ ਦਾ। ਸਾਡੇ ਇਸ ਸਾਰੇ ਸਿਸਟਮ ਦੇ ਵਿੱਚ ਜੋ ਵੀ ਇਸ ਨੂੰ ਐਸਟ੍ਰੋਟਰਫ ਦਾ ਲਗਾਉਣ ਦੇ ਵਿੱਚ ਜੋ ਸੈਕਟਰੀ ਸਪੋਰਟਸ ਕੌਂਸਲ ਦਾ ਬਹੁਤ ਵੱਡਾ ਹੱਥ ਹੈ, ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੋ ਅਸੀਂ ਆਪਣੇ ਆਪ ਦੀ ਥੋੜ੍ਹੀ ਹਿਸਟਰੀ ਦੱਸ ਦਈਏ ਤੁਹਾਨੂੰ ਕਿ 1985 ਤੋਂ ਅਸੀਂ ਲਗਾਤਾਰ ਬੰਦੂ ਰੱਖ ਵਿੱਚ ਖੇਡ ਰਹੇ ਹਾਂ। 1987 ਦੇ ਵਿੱਚ ਸਾਡਾ ਕਲੱਬ ਸਿੰਘ ਹਾਕੀ ਕਲੱਬ ਦੇ ਨਾਂ 'ਤੇ ਰਜਿਸਟਰ ਹੁੰਦਾ ਹੈ। 1987 ਤੋਂ ਲੈ ਕੇ 2016 ਤੱਕ ਸਾਡਾ ਕਲੱਬ ਸਿੰਘ ਹਾਕੀ ਕਲੱਬ ਲਗਾਤਾਰ ਹਰ ਟੂਰਨਾਮੈਂਟ 'ਚ ਪਾਰਟੀਸਪੇਸ਼ਨ ਕਰਦਾ ਹੈ, ਰਜਿਸਟ੍ਰੇਸ਼ਨ ਪੂਰਾ ਫੁੱਲਫਿਲ ਕਰਕੇ ਆਪਣਾ ਯੋਗਦਾਨ ਪਾਉਂਦਾ ਹੈ 2016 ਤੱਕ। ਫਿਰ ਅਚਾਨਕ ਇੱਕ ਕ੍ਰੋਸ ਇਲੈਕਸ਼ਨ ਕੀਤੀ ਜਾਂਦੀ ਹੈ, ਜਿਹਦੇ ਵਿੱਚ ਕ੍ਰੋਸ ਇਲੈਕਸ਼ਨ ਦੇ ਕਰਕੇ, ਵੋਟਿੰਗ ਦੇ ਕਰਕੇ ਇੱਥੇ ਦੀ J&K ਹਾਕੀ ਦਾ ਇੱਕ ਡਿਸੀਜ਼ਨ ਸਾਨੂੰ ਆਉਂਦਾ ਹੈ ਕਿ ਤੁਹਾਨੂੰ ਅਸੀਂ ਬਾਹਰ ਕਰ ਦਿੰਦੇ ਹਾਂ। ਸਿੰਘ ਹਾਕੀ ਨਾਮ, ਸਿੰਘ ਹਾਕੀ ਕਲੱਬ ਨੂੰ ਜੰਮੂ ਦੀ ਐਸੋਸੀਏਸ਼ਨ ਦੇ ਵਿੱਚੋਂ ਬਾਹਰ ਕੀਤਾ ਜਾਂਦਾ ਹੈ। ਸਾਡਾ ਕਲੱਬ ਜਿਹੜਾ ਟੋਟਲੀ ਅਸੀਂ ਸਿੱਧੇ ਲਫ਼ਜ਼ਾਂ ਵਿੱਚ ਕਹੀਏ ਤਾਂ ਬੈਨ ਕੀਤਾ ਜਾਂਦਾ ਹੈ, ਸਾਨੂੰ ਖੇਲਿਆ ਨਹੀਂ ਜਾਣ ਦਿੱਤਾ ਜਾਂਦਾ। ਫਿਰ ਸਾਨੂੰ ਥ੍ਰੈਟ ਜਾਂ ਕਹਿ ਲਓ ਜਾਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਤੁਸੀਂ ਆਪਣਾ ਕਲੱਬ ਦਾ ਨਾਮ ਚੇਂਜ ਕਰੋ, ਬਦਲ ਲਓ, ਬਦਲ ਕੇ ਦੂਜਾ ਕਲੱਬ ਨਾਮ ਰੱਖੋਗੇ ਅਗਰ ਤੁਸੀਂ, ਤਾਂ ਫਿਰ ਤੁਹਾਨੂੰ ਅਸੀਂ ਐਂਟਰੀ ਦੇ ਸਕਦੇ ਹਾਂ। ਇਸ ਤਰ੍ਹਾਂ ਕਰਕੇ ਉਹ ਕਲੱਬ ਰਜਿਸਟਰ ਨਹੀਂ ਕੀਤਾ ਜਾਂਦਾ, ਲੇਕਿਨ ਵਰਬਲੀ ਸਾਨੂੰ ਦੂਸਰਾ ਨਾਮ ਦੇ ਕੇ ਇੱਕ ਉਹ ਉਸਦੀ ਵੀ ਇੱਕ ਥੋੜ੍ਹੀ ਜਿਹੀ ਗੱਲ ਤੁਹਾਨੂੰ ਬਰੀਫ ਕਰਦੀ ਹੈ ਕਿ ਅਸੀਂ ਉਹ ਦੂਸਰਾ ਨਾਮ ਸਾਡੇ ਵੱਲੋਂ ਕਿਉਂ ਲਿਆ ਜਾਂਦਾ ਹੈ, ਕਿਉਂਕਿ ਸਾਡੇ ਬੱਚਿਆਂ ਦਾ ਫਿਊਚਰ
ਕਿਤੇ ਖਰਾਬ ਨਾ ਹੋ ਜਾਏ। ਅਸੀਂ ਨੌਜਵਾਨ ਵੀਰ ਇਹ ਡਿਸਾਈਡ ਕਰਦੇ ਹਾਂ ਕਿ ਯਾਰ ਚਲੋ ਹੁਣ ਕੰਪਰੋਮਾਈਜ਼ ਕਰ ਲੈਂਦੇ ਹਾਂ, ਇਹਨਾਂ ਨਾਲ ਇਹਨਾਂ ਦੀ ਗੱਲ ਵੀ ਸੁਣ ਲੈਂਦੇ ਹਾਂ, ਕਿਉਂਕਿ ਇਹ ਕਹਿ ਰਹੇ ਨੇ ਕਿ ਤੁਸੀਂ ਨਾਮ ਚੇਂਜ ਕਰ ਲਓ, ਸਾਡਾ ਕੀ ਹੈ, ਸਾਡੀ ਤਾਂ ਹੁਣ ਏਜ਼ ਹੋ ਚੁੱਕੀ ਹੈ। ਲੇਕਿਨ ਜਿਹੜਾ ਬੱਚਾ ਟੋਟਲੀ ਸਾਡੇ ਨਾਲ ਜੁੜਿਆ ਇੱਥੇ ਖੇਡ ਰਿਹਾ ਹੈ, 70-80-100 ਬੱਚਾ, ਉਹਨਾਂ ਦੇ ਬਾਰੇ ਅਸੀਂ ਸੋਚਦੇ ਹੋਏ ਅਸੀਂ ਉਹ ਆਪਣਾ ਨਾਂ ਚੇਂਜ ਕਰ ਲੈਂਦੇ ਹਾਂ। 2016 ਤੋਂ ਲੈ ਕੇ ਉਹ ਸਿਲਸਿਲਾ ਚੱਲਦਾ ਰਹਿੰਦਾ ਹੈ, ਲੇਕਿਨ ਉਹ ਸਾਡਾ ਕਲੱਬ ਬੰਧੂ ਰੱਖ ਹਾਕੀ ਕਲੱਬ ਦੇ ਨਾਂ 'ਤੇ ਰਜਿਸਟਰ ਹੋ ਜਾਂਦਾ ਹੈ। ਰਜਿਸਟਰ ਨਹੀਂ ਹੁੰਦਾ, ਇੱਕ ਉਸਨੂੰ ਐਸੋਸੀਏਟ ਮੈਂਬਰ ਬਣਾਇਆ ਜਾਂਦਾ ਹੈ। ਐਸੋਸੀਏਟ ਮੈਂਬਰ ਬਣਾ ਕੇ ਸਾਡੇ ਨਾਲ ਟੂਰਨਾਮੈਂਟ ਚੱਲਦੇ ਹਨ, ਸਾਡੇ ਨਾਲ ਬੱਚੇ ਖੇਡਦੇ ਹਨ ਸਾਡੇ, ਲੇਕਿਨ ਰਜਿਸਟ੍ਰੇਸ਼ਨ ਫਿਰ ਵੀ ਨਹੀਂ ਹੋ ਸਾਡੀ ਹੁੰਦੀ। ਅਸੀਂ ਇਸ 1987 ਤੋਂ ਲੈ ਕੇ 2016 ਤੱਕ ਘੱਟ ਤੋਂ ਘੱਟ ਵੀ 50 ਬੱਚੇ ਤੋਂ ਜ਼ਿਆਦਾ ਨੈਸ਼ਨਲ ਖੇਡਣ ਵਾਲੇ ਬੱਚੇ ਅਸੀਂ ਪ੍ਰੋਡਿਊਸ ਕਰ ਚੁੱਕੇ ਹਾਂ। 50 ਤੋਂ ਵੱਧ ਗਿਣਤੀ 50 ਤੋਂ ਵੱਧ ਹੋਏਗੀ, ਲੇਕਿਨ ਇੱਕ ਸਰਸਰੀ ਤੁਹਾਨੂੰ ਦੱਸ ਦਿੰਦੇ ਹਾਂ। ਹੁਣ ਲਾਸਟ ਟਾਈਮ ਇੱਥੇ ਸਭ ਜੂਨੀਅਰ ਖੇਡਿਆ ਜਾ ਰਿਹਾ ਸੀ ਗੋਵਾ 'ਚ, ਜਿਹਦੇ ਵਿੱਚ ਟੋਟਲੀ 18 ਬੱਚੇ ਜਾਂਦੇ ਨੇ ਇੱਕ ਟੀਮ ਦੇ ਵਿੱਚ, ਜਿਹਦੇ ਵਿੱਚ 9 ਮੈਂਬਰ ਕੇਵਲ ਤਾਂ ਕੇਵਲ ਬੰਧੂ ਰੱਖ ਦੀ ਟੀਮ ਦੇ ਸਨ। 9 ਮੈਂਬਰ ਬੰਧੂ ਰੱਖ ਦੀ ਟੀਮ ਦੇ ਸਨ। ਇਤਨੀ ਵੱਡੀ ਅਚੀਵਮੈਂਟ ਸਾਡੀ ਇਸ ਬੰਧੂ ਰੱਖ ਕਲੱਬ ਦੀ ਹੈ। ਤੁਸੀਂ ਆਪ ਹਿਸਾਬ ਲਗਾ ਲਓ, ਉਸ ਟੀਮ ਨੂੰ 2017 ਵਿੱਚ ਐਸੋਸੀਏਟ ਮੈਂਬਰ ਬਣਾ ਦਿੱਤਾ ਜਾਂਦਾ ਹੈ। ਫਿਰ ਸਿਲਸਿਲਾ ਚੱਲਦਿਆਂ ਅੱਜ ਇੱਥੇ ਜੰਮੂ ਦੇ ਵਿੱਚ ਇੱਕ ਓਪਨ ਸਟੇਟ ਟੂਰਨਾਮੈਂਟ ਹੋ ਰਿਹਾ ਹੈ। ਅਗਰ ਓਪਨ ਸਟੇਟ ਚੈਂਪੀਅਨਸ਼ਿਪ ਦਾ ਮਤਲਬ ਹੈ ਕਿ ਹਰ ਕੋਈ ਕਲੱਬ ਖੇਡ ਸਕਦਾ ਹੈ, ਹਰ ਕਲੱਬ ਜਿਹੜਾ ਹੈ ਆਰਾਮ ਨਾਲ ਖੇਡ ਸਕਦਾ ਹੈ। ਲੇਕਿਨ ਉਸ ਤੋਂ ਬਾਅਦ ਵੀ ਅਸੀਂ ਅਗਰ ਤੁਹਾਨੂੰ ਇੱਕ ਅੰਕੜਾ ਦੇ ਦਈਏ, ਕੋਈ 37 ਤੋਂ ਵੱਧ ਜਿਹੜੇ ਕਲੱਬ ਰਜਿਸਟਰ ਹਨ ਇੱਥੇ ਜੰਮੂ ਦੇ ਵਿੱਚ, 37 ਕਲੱਬ ਰਜਿਸਟਰ ਹੋਣ ਦੇ ਬਾਵਜੂਦ ਵੀ ਕੇਵਲ 7 ਕਲੱਬ ਇਸ ਵਕਤ ਪਾਰਟੀਸਪੇਟ ਕਰ ਰਹੇ ਹਨ। ਬੜੀ ਸ਼ਰਮ ਦੀ ਗੱਲ ਹੈ ਜੈਂਟਕੇ ਇੰਡੀਆ ਵਾਸਤੇ, ਜੈਂਟਕੇ ਹਾਕੀ ਵਾਸਤੇ, ਜਿਹਦੇ ਵਿੱਚ 37 ਤੋਂ ਵੱਧ ਕਲੱਬ ਹੋਣ ਤੋਂ ਬਾਵਜੂਦ ਵੀ 7 ਕਲੱਬ ਜਿਹੜੇ ਪਾਰਟੀਸਪੇਟ ਕਰ ਰਹੇ ਹਨ ਓਪਨ ਹਾਕੀ ਚੈਂਪੀਅਨਸ਼ਿਪ ਵਿੱਚ, ਔਰ ਅਤੇ 2 ਟੀਮਾਂ ਉਹਦੇ ਵਿੱਚੋਂ ਵੀ ਵਾਕ ਓਵਰ ਕਰ ਚੁੱਕੀਆਂ ਹਨ। ਯਾਨੀ ਕਿ 5 ਟੀਮਾਂ ਇਸ ਵਕਤ ਗੇਮ 'ਚ ਖੇਡ ਰਹੀਆਂ, 5 ਟੀਮਾਂ ਦਾ ਇੱਕ ਟੂਰਨਾਮੈਂਟ ਹੋ ਰਿਹਾ। ਅੱਜ ਤੱਕ ਮੈਂ ਪਹਿਲੀ ਵਾਰ ਸੁਣਿਆ, ਮੇਰੀ ਉਮਰ 50 ਤੋਂ ਵੱਧ ਹੋ ਚੁੱਕੀ ਹੈ। ਉਸ ਤੋਂ ਬਾਅਦ ਵੀ ਤਕਰੀਬਨ 12 ਮੈਚ ਖੇਡੇ ਜਾਣੇ ਸਨ, ਜਿਹਦੇ ਵਿੱਚ 5 ਮੈਚ ਹੋਏ ਨਹੀਂ। ਇਹ ਸਾਡੇ ਵਾਸਤੇ, ਸਾਡੇ ਜੰਮੂ ਦੇ ਨੌਜਵਾਨੀ ਵਾਸਤੇ, ਨੌਜਵਾਨ ਬੱਚਿਆਂ ਵਾਸਤੇ, ਜਿਹੜੇ ਹਰ ਕਮਿਊਨਿਟੀ ਤੋਂ ਬਿਲੋਂਗ ਕਰਦੇ ਹਨ, ਅਸੀਂ ਕਿਸੇ ਕਮਿਊਨਿਟੀ ਨੂੰ ਬਲੇਮ ਨਹੀਂ ਕਰਦੇ। ਹਾਕੀ ਕਿਸੇ ਕਮਿਊਨਿਟੀ ਦੀ ਨਹੀਂ ਹੈ, ਹਾਕੀ ਹੈ। ਹਾਕੀ ਸਾਨੂੰ ਕੋਈ ਆ ਕੇ ਕਹਿੰਦਾ ਯਾਰ ਤੁਸੀਂ ਕੰਮ ਕਿਉਂ ਕਰਦੇ ਹੋ, ਸਾਡਾ ਜ਼ਮੀਰ ਜਿੰਦਾ ਇਸ ਕਰਕੇ ਅਸੀਂ ਕੰਮ ਕਰਦੇ ਹਾਂ, ਸਾਡਾ ਜ਼ਮੀਰ ਸਾਨੂੰ ਸੌਣ ਨਹੀਂ ਦਿੰਦਾ ਇਸ ਕਰਕੇ ਅਸੀਂ ਆਵਾਜ਼ ਚੁੱਕਦੇ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੰਮੂ ਕਸ਼ਮੀਰ ਦੇ ਬੱਚੇ ਅੱਗੇ ਆਉਣ, ਅੱਗੇ ਆ ਕੇ ਹਾਕੀ ਖੇਡਣ, ਖੇਡ ਕੇ ਆਪਣਾ ਜਿਹੜਾ ਜਾਣ ਕੇ ਹਾਕੀ ਦਾ ਨਾਮ ਰੋਸ਼ਨ ਕਰਨ, ਇਸ ਕਰਕੇ ਅਸੀਂ ਇਹ ਕੰਮ ਕਰਦੇ ਹਾਂ। ਤਾਂ ਸੋ ਇਹ ਸਿਲਸਿਲਾ ਅਸੀਂ ਅੱਜ ਸਾਰੇ ਇੱਥੇ ਕਾਨਫਰੰਸ ਜਿਤਨੇ ਵੀ ਕਲੱਬ ਹਨ ਸਾਰੇ ਇਕੱਠੇ ਹਾਂ, ਸਾਰੇ
ਅਸੀਂ ਇਹਨਾਂ ਕੋਲ ਸਵਾਲ ਪੁੱਛਦੇ ਹਾਂ, ਇਹ ਸਾਰੇ ਕਲੱਬ ਜਿਹੜੇ ਵੀ ਬੈਠੇ ਨੇ ਮੇਰੇ ਨਾਲ, ਇਹਨਾਂ ਨੂੰ ਵੀ ਇਸ ਮੈਚ ਵਿੱਚੋਂ ਕੱਢਿਆ ਗਿਆ ਹੈ ਵਿਦਆਊਟ ਰੀਜ਼ਨ। ਅਸੀਂ ਟੋਟਲ ਹਾਕੀ ਇੰਡੀਆ ਨੂੰ ਵੀ, ਸੈਕਟਰੀ ਆਪਣਾ ਸਪੋਰਟਸ ਕੌਂਸਲ ਨੂੰ ਵੀ, ਔਰ ਇਹਨਾਂ ਨੂੰ ਵੀ ਹਾਕੀ ਜੇ ਐਂਡ ਕੇ ਨੂੰ ਵੀ, ਸਾਰਿਆਂ ਨੂੰ ਵੀ ਈਮੇਲਸ ਅਸੀਂ ਕੀਤੀਆਂ ਸਾਰੀਆਂ, ਸਾਨੂੰ ਕੋਈ ਰਿਵਰਟ ਨਹੀਂ ਆਇਆ। ਸਾਨੂੰ ਰਿਵਰਟ ਵਾਰ ਵਾਰ ਈਮੇਲ ਕਰਨ ਤੋਂ ਬਾਅਦ ਵੀ ਸਾਨੂੰ ਕੋਈ ਇਹਨਾਂ ਦਾ ਕੋਈ ਰਿਵਰਟ ਨਹੀਂ, ਕੋਈ ਜਵਾਬ ਨਹੀਂ। ਅਸੀਂ ਜਵਾਬ ਮੰਗਦੇ ਹਾਂ ਅੱਜ ਮੀਡੀਆ ਦੇ ਸਾਹਮਣੇ, ਅਸੀਂ ਅੱਜ ਤੁਹਾਡੇ ਕੋਲੋਂ ਜਵਾਬ ਮੰਗਦੇ ਹਾਂ ਕਿ ਸਾਨੂੰ ਇਸ ਕਲੱਬ ਵਿੱਚ, ਇਸ ਮੈਚ ਦੇ ਵਿੱਚ, ਇਸ ਟੂਰਨਾਮੈਂਟ ਵਿੱਚੋਂ ਕਿਉਂ ਬੈਨ ਕੀਤਾ ਗਿਆ, ਬਿਨਾਂ ਕਾਰਨ ਸਾਨੂੰ ਬਿਨਾਂ ਕਾਰਨ ਕਿਉਂ ਬੈਨ ਕੀਤਾ ਗਿਆ, ਇਹ ਤੁਹਾਡੇ ਕੋਲ ਜਵਾਬ ਮੰਗਦੇ ਹਾਂ। ਔਰ ਇਹ ਤੁਸੀਂ ਸਾਰਾ ਵਰਬਲੀ ਜੋ ਇੱਕ ਏਜੰਡਾ ਤਿਆਰ ਕੀਤਾ ਦਾ ਹੈ, ਉਸ 'ਤੇ ਅਸੀਂ ਅਗੇਂਸਟ ਰਵਾਂਗੇ ਜਦ ਤੱਕ ਅਸੀਂ ਇਸ ਤੋਂ ਹੈਵੀ ਪ੍ਰੋਟੈਸਟ ਕਰਾਂਗੇ ਅੱਗੇ, ਅਗਰ ਤੁਸੀਂ ਸਾਨੂੰ ਜਵਾਬ ਨਹੀਂ ਦਿੱਤਾ ਕਿ ਸਾਨੂੰ ਕਿਉਂ ਬਾਹਰ ਕੱਢਿਆ ਗਿਆ ਹੈ। ਅਤੇ ਸੋ ਇਸ ਵਕਤ ਮੇਰੇ ਨਾਲ ਜੋ ਮੇਰੇ ਨਾਲ ਬਲਜੀਤ ਹਨ, ਇਹਨਾਂ ਦਾ ਆਪਣਾ ਕਲੱਬ ਹੈ ਜੇ ਕੇ ਹਾਕੀ ਕਲੱਬ, ਇਹਦੇ ਇਹ ਵੀ ਇਹਨਾਂ ਨੂੰ ਵੀ ਐਸੋਸੀਏਟ ਮੈਂਬਰ ਐਜ਼ ਏ ਰਜਿਸਟਰ ਹੋ, ਜੇ ਰਜਿਸਟਰ ਨੇ ਵੀ ਇਹਨਾਂ ਨੂੰ ਵੀ ਡਿਗਰੀ ਖਿਲਾਇਆ ਗਿਆ। ਸੇਮ ਕਲੱਬ ਹੈ ਜੀ। ਹੋਰ ਕਿਹੜੇ ਕਲੱਬ ਜੀ ਦੇ? ਅਕਾਲੀ ਇੱਕ ਇੱਕ ਅਕਾਲੀ ਕੌਰ ਸਿੰਘ ਕਲੱਬ, ਜਿਹੜਾ ਹਾਕੀ ਜਿਹੜਾ ਕੱਲ੍ਹ ਉਹਦਾ ਮੈਚ ਸੀ, ਪਰਸੋਂ ਮੈਚ ਸੀ ਉਹਦਾ ਮੈਚ ਸੀ, ਉਹਦਾ ਜਦ ਉਹ ਟੀਮ 'ਚ ਪਾਰਟੀਸਪੇਟ ਕਰ ਰਹੀ ਸੀ ਉਸਨੂੰ ਨਹੀਂ ਖੇਡ ਦਿੱਤਾ ਗਿਆ, ਕਿਉਂਕਿ ਉਹਦੇ ਵਿੱਚ ਕਹਿ ਰਹੇ ਕਿ ਤੁਸੀਂ ਬਾਹਰ ਦੇ ਕਿਸੇ ਟੀਮ ਦੇ ਬੱਚੇ ਜਿਹੜੇ ਪਲੇਅਰ ਖਿਲਾ ਰਹੇ ਹੋ, BSF ਦੇ ਟੀਮ ਦੇ ਪਲੇਅਰ ਖਿਲਾ ਰਹੇ ਹੋ। ਤੁਹਾਨੂੰ ਦੱਸਦੀ ਹੈ ਕਿ ਸਾਡੇ ਕੋਲ ਸਾਰੇ ਕਾਗਜ਼ ਤਿਆਰ ਹਨ, ਡਾਕੂਮੈਂਟ ਸਾਰੇ ਤਿਆਰ ਹਨ। ਇੱਥੇ ਇਹ ਟੂਰਨਾਮੈਂਟ ਕਰਵਾਉਂਦੀ ਹੈ ਇੱਥੇ BSF, ਇਹੀ ਜੇ ਐਂਡ ਕੇ ਹਾਕੀ ਟੂਰਨਾਮੈਂਟ ਕਰਵਾਉਂਦੀ ਹੈ ਜਿਹਦੇ ਵਿੱਚ BSF ਵਿਨਰ ਹੈ। ਇਹ ਸਾਡੇ ਕੋਲ ਸਟੇਟ ਚੈਂਪੀਅਨਸ਼ਿਪ ਵਿੱਚ ਹਾਕੀ ਵਿਨਰ ਹੈ। ਉਸ ਤੋਂ ਬਾਅਦ ਵੀ ਬਾਵਜੂਦ AKS ਦੀ ਟੀਮ ਦੇ ਵਿੱਚ ਅਗਰ ਉਹ ਖੇਡ ਰਹੇ ਸਨ, ਉਹਨਾਂ ਨੂੰ ਖੇਡਣ ਨਹੀਂ ਦਿੱਤਾ ਗਿਆ, ਕਹਿੰਦੇ ਕਿ ਇਹ ਕਿਉਂਕਿ ਉਹ ਕਹਿੰਦੇ ਆਊਟਸਾਈਡਰ ਨੇ, ਆਊਟਸਾਈਡ ਬੱਚੇ ਨਹੀਂ ਖੇਡਣਗੇ। ਆਪ ਖੁਦ ਕਰਵਾ ਰਹੀ ਹੈ, ਆਪ ਔਰਗਨਾਈਜ਼ ਕਰ ਰਹੀ ਹੈ, ਕਰਨ ਤੋਂ ਬਾਅਦ BSF ਵਿਨਰ ਹੋ ਰਹੀ ਹੈ। ਸਾਡੇ ਕੋਲ ਪੂਰੇ ਪਰੂਫ ਹਨ, ਅਸੀਂ ਸਾਰੀ ਈਮੇਲਸ ਸਭ ਕੁਛ ਪਰੂਫ ਆਪਣੇ ਕੋਲ ਰੱਖਿਆ ਹੈ। ਸਾਨੂੰ ਇਹਦਾ ਜਵਾਬ ਚਾਹੀਦਾ, ਜਦੋਂ ਆਪਣੀ ਵਾਰੀ ਆਉਂਦੀ ਹੈ ਇਹ ਕੁਛ ਵੀ ਕਰ ਸਕਦੇ ਹਨ, ਜੇ ਸਾਡੀ ਵਾਰੀ ਆਉਂਦੀ ਹੈ ਸਾਨੂੰ ਉਹਨਾਂ ਨੂੰ ਟੋਟਲੀ ਕਹਿੰਦੇ ਤੁਸੀਂ ਅਸੀਂ ਇਹਨਾਂ ਕੋਲ ਕਾਰਨ ਪੁੱਛਿਆ ਸੀ, ਈਮੇਲ ਵੀ ਕੀਤੀਆਂ, ਸਾਨੂੰ ਕੋਈ ਰੀਜ਼ਨ ਨਹੀਂ ਦੇ ਰਹੇ ਵਰਬਲੀ। ਨਹੀਂ, ਸਿੰਘ ਨਾਮ ਤੋਂ ਕੋਈ ਓਬਜੈਕਸ਼ਨ ਨਹੀਂ ਸੀ, ਉਹ ਕਹਿੰਦੇ ਸਨ ਉਹ ਸਾਨੂੰ ਉਹਨਾਂ ਨੇ ਇਸ ਕਰਕੇ ਕਿਹਾ, ਕਹਿੰਦੇ ਕਿ ਜਿਹੜੇ ਪਹਿਲਾ ਕਲੱਬ ਹੈ ਉਹ ਤੁਹਾਡਾ ਰਜਿਸਟਰ ਹੈ, ਅਸੀਂ ਦੂਜਾ ਕਲੱਬ ਤਾਂ ਐਂਟਰੀ ਕਰਾਂਗੇ ਕਿ ਦੂਜੇ ਨਾਮ 'ਤੇ ਐਂਟਰ ਹੋਏਗਾ। ਉਹ ਉਹਨਾਂ ਦੀ ਕੋਈ ਪਾਲਿਸੀ ਸੀ, ਕੋਈ ਹੋ ਸਕਦੀ ਉਹਨਾਂ ਦੀ ਕੋਈ ਗੇਮ ਹੋਈ, ਉਹਨਾਂ ਦੀ ਆਪਣੀ ਕੋਈ ਗੇਮ ਹੋਣੀ ਹੈ ਕੋਈ, ਜਿਸਲੇ 2017-18 ਵਿੱਚ ਇਲੈਕਸ਼ਨ ਹੋਈ ਨਾ, ਇਲੈਕਸ਼ਨ ਹੋਣ ਦੇ ਬਾਅਦ ਸਾਡੇ ਬੰਧੂ ਰੱਖਣ ਦੇ ਬੰਦਿਆਂ ਨੇ ਜੋ ਸਾਡੇ ਸਾਡੇ ਮੈਂਬਰ ਸਨ, ਉਹਨਾਂ ਨੇ ਜਿਸ ਨੂੰ ਵੋਟ ਕੀਤੀ ਹੈ ਉਹ ਮੈਂਬਰ ਉਹਨਾਂ ਦੇ ਸ਼ਾਇਦ ਅਗੇਂਸਟ ਹੋਣੇ, ਇਸ ਕਰਕੇ ਸਾਨੂੰ ਉਹਨਾਂ ਨੇ ਆਪਣੀ ਜ਼ਿੱਦ ਮੁਕਾਉਣ ਵਾਸਤੇ ਸਾਨੂੰ ਉਹਨਾਂ ਨੂੰ ਬੈਨ ਕੀਤਾ ਗਿਆ। ਪਰਸਨਲ ਰੰਜਿਸ਼ ਕਰਕੇ ਸਾਡੇ ਬੱਚਿਆਂ ਦੇ ਫਿਊਚਰ ਤਬਾਹ ਕੀਤੇ ਜਾ ਰਹੇ ਨੇ। ਔਰ ਪ੍ਰੈਜ਼ੀਡੈਂਟ ਕੌਣ ਸੀ, ਕੌਣ ਪ੍ਰੈਜ਼ੀਡੈਂਟ ਕੌਣ ਆਇਆ ਜਿਸਲੇ ਉਸ ਤੋਂ ਬਾਅਦ ਜਿਹੜਾ ਆਇਆ? ਰਜਿੰਦਰ ਸਿੰਘ ਕੁੱਕੂ। ਉਹਨਾਂ ਨੇ ਇਹ ਸਾਰੇ ਸਟੈਪ ਲਏ, ਇਹ ਤੁਸੀਂ ਹੁਣ ਸਵਾਲ ਉਹਨਾਂ ਕੋਲੋਂ ਪੁੱਛਣਾ ਕਿ ਸਟੈਪ ਕਿੰਨੇ ਲੈਣ, ਕਿਉਂਕਿ ਇਹ ਐਸੋਸੀਏਸ਼ਨ ਮੈਂਬਰ ਸਾਰੇ ਜਿਹੜੇ ਹੁੰਦੇ ਹਨ
ਇਹ ਇੱਕ ਟੀਮ ਹੁੰਦੀ ਹੈ, ਟੀਮ ਵਰਕ ਤੇ ਬਿਨਾਂ ਕੋਈ ਚੱਲਦਾ ਨਹੀਂ ਹੈ। ਪਾਰਟੀ ਕਿਸੇ ਨੂੰ ਇੱਕ ਪਾਰਟੀ ਗੱਲ ਕਹਿ ਦਈਏ, ਉਹ ਵੀ ਸਾਡੇ ਰਸਤੇ। ਟੋਟਲ ਕਿੰਨੀਆਂ ਟੀਮਾਂ ਜਿਨ੍ਹਾਂ ਨੂੰ ਇਹਨਾਂ ਨੇ, ਕਿੰਨੇ ਕਲੱਬ ਹਨ ਜਿਨ੍ਹਾਂ ਨੂੰ ਇਹਨਾਂ ਨੇ ਬੈਨ ਕੀਤਾ ਹੈ, ਵਰਬਲੀ ਬੈਨ? ਤੁਸੀਂ ਕਹਿ ਰਹੇ ਹੋ ਵਰਬਲੀ ਬੈਨ, ਵਰਬਲੀ ਬੈਨ ਦਾ ਮਤਲਬ ਕਿ ਕਾਗਜ਼ੀ ਪੱਤਰੀ ਕਾਰਵਾਈ ਕੋਈ ਨਹੀਂ? ਅਪਰੋਕਸੀਮੇਟਲੀ ਜਿਤਨੀਆਂ ਵੀ ਟੀਮਾਂ ਸਨ ਇਹਨਾਂ ਨੇ ਦੋ ਦੋ ਪਾਰਟ ਕਰ ਦਿੱਤੇ ਉਹਦੇ। ਅਗਰ ਜੰਮੂ ਦੇ ਵਿੱਚ 40 ਪਾਰਟੀ ਟੀਮਾਂ ਸਨ, 40 ਦੇ ਇਹਨਾਂ ਨੇ 40 ਕਰਕੇ ਦਿੱਤੇ। ਕਿਉਂਕਿ ਜਿਹੜੇ ਬੱਚੇ ਜਿਸ ਸਪੋਜ਼ ਕਰੋ ਕਿ ਬੰਦੂਰਕ ਦੇ ਵਿੱਚ ਆਪਾਂ ਖੇਡ ਰਹੇ ਹਾਂ, ਮੇਰੀ ਨਿਗਰਾਨੀ ਦੇ ਵਿੱਚ ਟੀਮ ਖੇਡ ਰਹੀ ਹੈ, ਉਹਨਾਂ ਨੇ ਇੱਕ ਬੰਦਾ ਵਿੱਚੋਂ ਚੂਜ਼ ਕੀਤਾ, ਉਸਨੂੰ ਗਿਆ ਕਿ ਤੂੰ ਆਪਣੇ ਨਾਂ ਦੀ ਟੀਮ ਐਂਟਰ ਕਰ ਦੇ, ਉਸ ਨੂੰ ਇੱਦਾਂ ਕਰਕੇ ਸਾਰੇ ਹਰ ਕਲੱਬ ਦੇ ਵਿੱਚ ਦੇਖੋ ਜੀ, ਸਭ ਤੋਂ ਵੱਡੀ ਗੱਲ 37 ਇਹਨਾਂ ਕੋਲ ਰਜਿਸਟਰਡ ਕਲੱਬ ਹਨ, ਜਿਹਦੇ ਵਿੱਚ ਓਪਨ ਟੂਰਨਾਮੈਂਟ ਦੇ ਵਿੱਚ ਇਹ ਸਿਰਫ 7 ਟੀਮਾਂ ਪਾਰਟੀਸਪੇਟ ਕਰ ਰਹੀਆਂ। ਦੇਖੋ ਕਿੰਨੀ ਵੱਡੀ ਗੱਲ, 37 ਵਿੱਚੋਂ ਓਪਨ ਟੂਰਨਾਮੈਂਟ 7 ਟੀਮਾਂ ਇੰਟਰ ਕਰ ਰਹੀਆਂ, ਜਿਹਦੇ ਵਿੱਚ 2 ਵਾਕਓਵਰ ਲੈ ਚੁੱਕੀਆਂ। 37 ਦੇ 37 ਨੇ ਕੋਸ਼ਿਸ਼ ਕੀਤੀ ਸੀ ਉੱਥੇ ਪਾਰਟੀਸਪੇਸ਼ਨ ਦੀ। ਹੁਣ ਇਹ ਚੀਜ਼ ਉਹਨਾਂ ਨੂੰ ਪੁੱਛੀਏ ਕਿ ਇਹ ਤੁਸੀਂ ਇੰਨਾ ਵੱਡਾ ਓਪਨ ਟੂਰਨਾਮੈਂਟ ਕਰਾ ਰਹੇ ਹੋ, ਤੁਹਾਡੇ ਕੋਲ ਟੀਮਾਂ ਹੀ ਨਹੀਂ ਹਨ, ਔਰ ਬਾਹਰੋਂ ਤੁਸੀਂ ਬੁਲਾ ਕੇ ਪੰਜਾਬ ਤੋਂ ਟੀਮਾਂ ਬੁਲਾ ਕੇ ਲੜਕੇ ਆਰਮੀ ਤੋਂ ਖਿਲਾ ਰਹੇ ਹੋ, ਤੁਸੀਂ ਪਲੇਇੰਗ ਕਰ ਰਹੇ ਹੋ, ਔਰ ਸਾਡੇ ਬੰਦੂਰਾਂ ਦੇ ਵਿੱਚ ਇੰਨੇ ਬੱਚੇ ਹਨ ਜਿਨ੍ਹਾਂ ਨੂੰ ਥਰੈਡ ਮਿਲ ਰਹੀ ਹੈ, ਓਪਨ ਥਰੈਡ ਦੇ ਰਹੇ ਹਨ ਕਿ ਤੁਸੀਂ ਨੈਸ਼ਨਲ ਨਹੀਂ ਖੇਡ ਪਾਓਗੇ। ਅਸੀਂ ਵੀਰ ਜੀ ਦੇਖੋ, ਅਸੀਂ ਇੰਪਲਾਈ, ਸਾਨੂੰ ਕੁਛ ਸਾਨੂੰ ਆਪਣੀ ਨਹੀਂ ਹੈ, ਮੈਂ ਖੁਦ ਨੈਸ਼ਨਲ ਪਲੇਅਰ ਹਾਂ ਹਾਕੀ ਦਾ, ਵੀਰ ਜੀ ਨੇ ਆਪਣੀ ਟਾਈਮ ਹਾਕੀ ਖੇਡੀ, ਕੋਈ ਵੀ ਸਾਨੂੰ, ਅਸੀਂ ਬੱਚਿਆਂ ਦੇ ਲਈ ਸੋਚ ਰਹੇ ਹਾਂ, ਉਹਨਾਂ ਦੇ ਫਿਊਚਰ ਲਈ। 40 ਇਸ ਟਾਈਮ 70 ਤੋਂ 80 ਬੱਚਾ ਇੱਥੇ ਪ੍ਰੈਕਟਿਸ ਕਰਦਾ, ਸਾਨੂੰ ਟਰਫ ਮਿਲਿਆ ਇਸ ਗਰਾਊਂਡ ਦੇ ਵਿੱਚ। ਇਹ ਚੀਜ਼ ਤਕਰੀਬਨ 5-7 ਸਾਲ ਤੋਂ ਹੁੰਦੀ ਆਈ ਹੈ, ਕਿਸੇ ਨੇ ਸਟੈਂਡ ਨਹੀਂ ਲਿਆ। ਅੱਜ ਬੱਚੇ ਸਾਡੇ ਇੰਨੀ ਹਾਲਾਤ ਬੁਰੀ ਹੋ ਚੁੱਕੀ ਹਨ ਕਿ ਸਾਡੇ ਕੋਲ ਇੰਨਾ ਬੱਚਾ ਹੋਣ ਦੇ ਬਾਵਜੂਦ ਸਾਨੂੰ ਨੈਸ਼ਨਲ ਨਹੀਂ ਖੇਡਣ ਦੇ ਰਹੇ, ਪਾਰਟਿਸਿਪੇਟ ਨਹੀਂ ਕਰਨ ਦੇ ਰਹੇ। ਜੀ ਤੁਸੀਂ ਕਿਹਾ ਕਿ ਬੱਚਿਆਂ ਨੂੰ ਥ੍ਰੈਟ ਦਿੱਤੀ ਜਾ ਰਹੀ ਹੈ, ਜੀ ਜੀ, ਕਿਸ ਗੱਲ ਦੀ ਥ੍ਰੈਟ ਦਿੱਤੀ ਜਾ ਰਹੀ ਹੈ? ਉੱਥੇ ਗਰਾਊਂਡ ਵਿੱਚ ਖੇਡਣ ਵਾਸਤੇ ਜਾਂ ਕਿਤੇ ਹੋਰ ਜਾ ਕੇ ਉਹ ਪ੍ਰੈਕਟਿਸ ਕਰਦੇ? ਜੀ ਬੇਸਿਕਲੀ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਨੈਸ਼ਨਲ ਨਹੀਂ ਖੇਡ ਸਕਦੇ ਸਾਡੇ ਕੋਲ, ਕਿਉਂਕਿ ਤੁਸੀਂ ਸਾਡੇ ਅਗੇਂਸਟ, ਤੁਸੀਂ ਮਤਲਬ ਕਿ ਇੰਟਰੀ ਉਹਨਾਂ ਨੇ ਸਾਡੀ ਨਹੀਂ ਕਰਾਈ, ਸਾਨੂੰ ਨਹੀਂ ਖੇਡਣ ਦਿੱਤਾ। ਅਗਰ ਕੋਈ ਬੰਦਾ ਅਗਰ ਕਿਤੇ ਸਾਡੇ ਬੱਚੇ ਕਿਤੇ ਖੇਡਣ ਜਾ ਰਹੇ ਨੇ, ਕਿਤੇ ਪਹੁੰਚ ਜਾ ਰਹੇ ਨੇ, ਵਟ ਐਵਰ ਕਿਸੇ ਜਗ੍ਹਾ ਜਾ ਰਹੇ ਨੇ, ਅਤੇ ਉਹ ਕਹਿੰਦੇ ਨੇ ਉੱਥੇ ਤੁਸੀਂ ਕਿਉਂ ਗਏ ਹੋ ਖੇਡਣ? ਪੰਜਾਬ ਦੇ ਵਿੱਚ ਹਰ ਸਾਲ 500 ਤੋਂ ਅਬਵ ਟੂਰਨਾਮੈਂਟਾਂ ਹੁੰਦੀਆਂ ਨੇ, ਉੱਥੇ ਦੀ ਸਟੇਟ ਇੰਨੀ ਸਟਰੋਂਗ ਹੈ, ਅੱਜ ਉਹਨਾਂ ਦੇ ਪਲੇਅਰ ਇੱਥੇ ਇੰਨੇ ਅੱਛੇ ਮੁਕਾਮ ਤੱਕ ਹਨ, ਉਹਨਾਂ ਦੇ ਪਲੇਅਰਾਂ ਨੂੰ ਕਦੇ ਨਹੀਂ ਬੋਲਿਆ ਜਾਂਦਾ ਤੁਸੀਂ ਜਿੱਥੇ ਮਰਜ਼ੀ ਖੇਲੋ। ਅੱਜ ਸਾਡੇ ਬੱਚੇ ਇੰਨਾ ਅੱਛਾ ਗੇਮ ਖੇਲ ਰਹੇ ਨੇ, ਇੰਨਾ ਅੱਛਾ ਪਾਰਟੀਸਪੇਟ ਕਰ ਰਹੇ ਨੇ, ਬਟ ਉਹਨਾਂ ਨੂੰ ਰੋਕ ਲਗਾਈ ਜਾ ਰਹੀ ਹੈ ਹਰ ਚੀਜ਼ 'ਤੇ। ਬੱਚਿਆਂ ਨੂੰ ਮੈਸੇਜ ਆ ਰਿਹਾ ਕਿ ਤੁਸੀਂ ਹੁਣ ਸਾਡੇ ਕੋਲ ਨੈਸ਼ਨਲ ਨਹੀਂ ਖੇਡੋਗੇ। ਐਸੋਸੀਏਸ਼ਨ ਦੇ ਵਿੱਚੋਂ ਹੀ, ਬੱਚਿਆਂ ਦੇ ਵਿੱਚੋਂ ਹੀ ਸਾਨੂੰ ਬੱਚਿਆਂ ਨੇ ਅੱਗੇ, ਤੁਸੀਂ ਵੀ ਤੇ ਬੱਚਿਆਂ ਨੂੰ ਪੁੱਛਿਆ ਹੀ ਹੋਏਗਾ, ਰਾਈਟ ਰਾਈਟ। ਐਸੋਸੀਏਸ਼ਨ ਦੇ ਮੈਂਬਰ ਹਨ, ਔਰ ਨਾਮ ਮੈਂ ਡਿਸਕਲੋਜ਼ ਨਹੀਂ ਕਰਾਂਗਾ, ਐਸੋਸੀਏਸ਼ਨ ਦੇ ਮੈਂਬਰ ਹੀ ਹਨ ਪੂਰੇ। ਪਰ ਇਹਦਾ ਇੱਕ ਚੀਜ਼ ਮੈਨੂੰ ਬੜੀ ਨਜ਼ਰ ਆ ਰਹੀ ਹੈ ਕਿ ਜਿਹੜੀ ਗੱਲਾਂ ਤੁਸੀਂ ਬੋਲ ਰਹੇ ਹੋ, ਜਿਹੜੀ ਤੁਹਾਨੂੰ ਐਸਟ੍ਰੋਟਰਫ ਮਿਲੀ ਹੈ, ਜੀ, ਹੋ ਸਕਦਾ ਉਹ ਲੋਕ ਜਾ ਕੇ ਤੁਹਾਡੀ ਐਸਟ੍ਰੋਟਰਫ ਵੀ ਕੈਂਸਲ ਕਰਵਾ ਦੇਣ? ਹੋ ਸਕਦਾ ਹੈ ਮੀਡੀਆ ਦਾ ਜ਼ਮਾਨਾ। ਤੁਸੀਂ ਕਿਹਾ ਕਿ 9 ਪਲੇਅਰ ਸਿਰਫ ਤੁਹਾਡੇ ਇਸ ਕਲੱਬ ਮਿਸ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, 9 ਪਲੇਅਰ ਤੁਸੀਂ ਭੇਜੇ ਸਬ ਜੂਨੀਅਰ ਦੇ ਵਾਸਤੇ ਖੇਡਣ ਵਾਸਤੇ, ਤੇ ਕਿਆ ਉਹਨਾਂ ਨੂੰ ਇਹ ਨਹੀਂ ਦਿਸਦਾ ਕਿ ਇਸ ਕਲੱਬ ਦੇ ਵਿੱਚੋਂ 9 ਪਲੇਅਰ ਗਏ ਤੇ ਅਸੀਂ ਇਸ ਕਲੱਬ ਨੂੰ ਨਹੀਂ ਲੈ ਰਹੇ? ਹੋ ਸਕਦਾ ਜਿਹੜੇ ਬਾਕੀ ਕਲੱਬ ਵੀ ਜਿਨ੍ਹਾਂ ਨੂੰ ਉਹਨਾਂ ਨੇ ਮਨਾ ਕੀਤਾ ਖੇਡਣ ਵਾਸਤੇ, ਉਹਨਾਂ ਦੇ ਵਿੱਚੋਂ ਵੀ ਗਏ ਹੋਣਗੇ ਨੈਸ਼ਨਲ ਖੇਡਣ ਵਾਸਤੇ? ਤੁਸੀਂ ਬਹੁਤ ਵਧੀਆ ਸਵਾਲ ਕੀਤਾ ਤਜਿੰਦਰ ਜੀ, ਇਹੀ ਤਾਂ ਜਵਾਬ ਮੰਗਣ ਵਾਸਤੇ ਬੈਠੇ ਹਾਂ ਅਸੀਂ।
ਜਿਹਦੇ ਵਿੱਚੋਂ 50 ਤੋਂ ਵੱਧ ਨੈਸ਼ਨਲ ਪਲੇਅਰ ਖੇਲ ਚੁੱਕੇ ਨੇ, 9 ਤੋਂ ਵੱਧ ਬੱਚੇ ਤੁਸੀਂ ਸਬ ਜੂਨੀਅਰ ਵਿੱਚ ਭੇਜਦੇ ਹੋ, ਬਾਅਦ 'ਚ ਤੁਸੀਂ ਉਸ ਕਲੱਬ ਨੂੰ ਵਰਬਲੀ ਤੌਰ 'ਤੇ ਬੈਨ ਕਰ ਦਿੰਦੇ ਹੋ, ਇੱਕ ਸਾਡੇ ਦਸਤੇ ਬੈਨ ਹੀ ਹੋ ਗਿਆ ਨਾ, ਅਤੇ ਤੁਸੀਂ ਮੈਚ ਨਹੀਂ ਖੇਡ ਸਕਦੇ ਇਹਨਾਂ ਬੱਚਿਆਂ ਨੇ। ਤੁਸੀਂ ਬੱਚੇ ਕੈਮਰਾ ਮਾਰ ਕੇ ਦੇਖੋ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ, ਅਸੀਂ ਕੀ ਕਰੀਏ ਉਹਨਾਂ ਨੂੰ ਛੱਡ ਦਈਏ ਉਹਨਾਂ ਬੱਚਿਆਂ ਨੂੰ, ਕਿ ਅਸੀਂ ਤੁਸੀਂ ਗਰਾਊਂਡ 'ਚ ਨਹੀਂ ਆਉਣਾ, ਛੱਡੋ ਪਾਣੀ ਦਫਾ ਕਰੋ ਜੀ ਗਰਾਊਂਡ 'ਚ ਨਹੀਂ ਆਉਣਾ, ਇਹਦਾ ਜਵਾਬ ਅਸੀਂ ਮੰਗ ਰਿਹਾ ਕੋਲ। ਕੱਲ ਨੂੰ ਇਹ ਬੱਚੇ ਕਿਤੇ ਐਡਿਕਸ਼ਨ ਡਰੱਗ ਐਡਿਕਸ਼ਨ ਤੇ ਜਾਂਦੇ, ਸਾਡੇ ਵੀਰ ਆਪਣਾ ਟਾਈਮ ਕੱਢ ਕੇ ਇੱਥੇ ਟ੍ਰੇਨਿੰਗ ਦੇ ਰਹੇ, ਕੋਈ ਸਾਨੂੰ ਇੱਥੇ ਕੋਚ ਨਹੀਂ ਮਿਲਿਆ, ਕੁਛ ਨਹੀਂ ਮਿਲਿਆ ਹਾਲੇ ਤੱਕ, ਸਭ ਅਸੀਂ ਹਰ ਸਾਲ 2 ਤੋਂ 4 ਟੂਰਨਾਮੈਂਟਾਂ ਕਰਾ ਰਹੇ ਹਾਂ ਆਪਣੇ ਲੈਵਲ 'ਤੇ, ਆਪਣੀ ਡੋਨੇਸ਼ਨ ਆਪਣੇ ਕੰਟਰੀਬਿਊਸ਼ਨ 'ਤੇ ਇੰਨੇ ਅੱਛੇ ਅੱਛੇ ਮੈਚ ਕਰਾ ਰਹੇ ਹਾਂ, ਅਤੇ ਸਾਡੇ ਬੱਚੇ ਅੱਗੇ ਇੰਨੇ ਤਿਆਰ ਹੋ ਰਹੇ, ਅੱਗੇ ਖੇਡਾਂਗੇ ਕਿੱਥੇ ਖੇਡਾਂਗੇ, ਉਹਨਾਂ ਨੂੰ ਪਾਰਟੀਸਪੇਟ ਹੀ ਨਹੀਂ ਹੋਣ ਦੇ ਰਹੇ, ਉਹਨਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ, ਸਾਨੂੰ ਐਂਟਰੀ ਨਹੀਂ ਹੋਣ ਦੇ ਰਹੇ ਕਲੱਬ ਦੀ। ਇਸ ਬੰਦੂਕ ਦੇ ਵਿੱਚ 20 ਤੋਂ ਵੱਧ ਬੰਦੇ ਸਾਡੇ ਇੰਪਲੋਈ ਨੇ, ਬੈਲਟ ਫੋਰਸ ਵਿੱਚ ਸੈਸ਼ਨ ਕੈਨਸਲ ਕਰ ਦਿੱਤੀ ਗਈ ਜਾਂ ਬੈਨ ਕਰ ਦਿੱਤਾ ਗਿਆ? ਵਰਬਲੀ ਬੈਨ ਕਰ ਦਿੱਤਾ, ਵਰਬਲੀ ਬੈਨ, ਰਿਟਨ ਵਿੱਚ ਕੁਝ ਨਹੀਂ ਆਉਣਾ, ਕੁਝ ਨਹੀਂ ਦੇ ਰਹੇ, ਤੁਸੀਂ ਕੋਰਟ 'ਚ ਨਹੀਂ ਗਏ, ਕੋਰਟ 'ਚ ਸਟੱਪ ਕੇਸ ਲੱਗਿਆ ਸੀ, ਹਾਂਜੀ, ਬਟ ਕੁਝ ਕਾਰਨ ਉਹ ਕੇਸ ਉੱਥੇ ਰਹਿ ਕੇ ਡਿਸਕਲੋਜ਼ ਹੋ ਗਿਆ। ਅਸੀਂ ਹੁਣ ਅਗਲਾ ਸਟੈਪ ਕੀ ਕਰਾਂਗੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਲੇਕਿਨ ਤੁਸੀਂ ਇਹ ਚਲੋ ਕਿ ਜਿਹੜਾ ਪਹਿਲਾ ਸਟੈਪ ਤੇ ਅੱਜ ਸ਼ੁਰੂ ਹੁੰਦਾ ਹੈ, ਅੱਜ ਸਾਡੀ ਜਿਹੜੀ ਇਹ ਸ਼ੁਰੂਆਤ ਹੈ, ਅੱਗੇ ਹੁਣ ਅਸੀਂ ਬਹੁਤ ਕੁਝ ਕਰਨ ਵਾਲੇ ਹਾਂ। ਕਿੰਨੇ ਕਲੱਬ ਜਿਹੜੇ ਇੱਥੇ ਆਏ ਹੋਏ ਨੇ? ਇੱਥੇ ਕਮ ਸੇ ਕਮ 4 ਕਲੱਬ ਆਏ ਨੇ, 4 ਕਲੱਬ, 4 ਕਲੱਬ ਨੇ। ਬਲਜੀ ਜੀ ਤੁਸੀਂ ਬੋਲੋਗੇ, ਤੁਸੀਂ ਰਿਪਰੈਜ਼ੈਂਟ ਕਰਦੇ ਹੋ ਨਾ, ਤੁਸੀਂ ਭੈਣ ਜੀ ਬੈਠੇ ਹੋ, ਤੁਸੀਂ ਆਪਣੇ ਕਲੱਬ ਦਾ ਰਿਪਰੈਜ਼ੈਂਟ। ਹਾਂਜੀ ਬੋਲੋ, ਮੇਰਾ ਨਾਮ ਆਪਣੀ ਗੱਲ ਰੱਖ ਲਓ, ਠੀਕ ਹੈ, ਮੇਰਾ ਨਾਮ ਬਲਜੀਤ ਕੌਰ ਹੈ, ਮੇਰਾ ਨਾਮ ਬਲਜੀਤ ਕੌਰ ਹੈ, ਮੇਰਾ ਕੇਕੇ ਹਾਕੀ ਕਲੱਬ ਹੈ। ਜਿਸ ਤਰ੍ਹਾਂ ਸਰ ਨੇ ਤੁਹਾਨੂੰ ਕਿਹਾ ਹੈ ਕਿ ਕਾਫੀ ਸਾਰੀ ਪ੍ਰੋਬਲਮਸ ਬੋਇਜ਼ ਵਿੱਚ ਨਹੀਂ, ਗਰਲਸ ਦੇ ਵਿੱਚ ਵੀ ਆ ਰਹੀ ਹੈ। ਫਸਟਲੀ ਅਗਰ ਮੈਂ ਗੱਲ ਕਰਾਂ, ਲੇਟੈਸਟ ਹੀ ਗੱਲ ਤੁਹਾਨੂੰ ਸੁਣਾ ਦਿੰਦੀ ਹਾਂ ਕਿ ਮੇਨ ਜਿਹੜਾ ਕਿ ਸੀਨੀਅਰ ਨੈਸ਼ਨਲ ਵੂਮੈਨਸ ਦਾ ਲਾਸਟ 2 ਈਅਰਸ ਤੋਂ ਗਈ ਨਹੀਂ ਹੈ ਟੀਮ। ਕਿਆ ਜੰਮੂ ਦੇ ਵਿੱਚ ਵੂਮੈਨਸ ਦੀ ਟੀਮ ਨਹੀਂ ਹੈ? ਪ੍ਰੈਜੈਂਟਲੀ ਪੁੰਛ ਦੇ ਵਿੱਚ ਆਰਮੀ ਵਾਲਿਆਂ ਨੇ ਇੰਨਾ ਵਧੀਆ ਟੂਰਨਾਮੈਂਟ ਕਰਵਾਇਆ, ਇੰਨਾ ਸਪੋਰਟ ਕੀਤਾ, ਪ੍ਰਮੋਟ ਕੀਤਾ, ਉਹਨਾਂ ਆਰਮੀ ਵਾਲਿਆਂ ਨੂੰ ਕੀ ਹੈ ਪ੍ਰਮੋਟ ਕਰਨ ਵਾਲਾ? ਆਪਣੀ ਐਸੋਸੀਏਸ਼ਨ ਇੱਥੇ ਬੈਠ ਕੇ ਪ੍ਰਮੋਟ ਨਹੀਂ ਕਰ ਰਹੀ ਹੈ, ਬਟ ਉਹਨਾਂ ਨੇ ਪ੍ਰਮੋਟ ਕੀਤਾ। ਕਸ਼ਮੀਰ ਦੇ ਵਿੱਚ ਉਹਨਾਂ ਨੇ ਟੂਰਨਾਮੈਂਟ ਕਰਵਾਇਆ, ਘੱਟੋ ਘੱਟ 8 ਟੀਮਾਂ ਨੇ ਪਾਰਟੀਸਪੇਸ਼ਨ ਕੀਤੀ ਹੈ ਜੰਮੂ ਦੀ। ਕਿਆ ਇਹਨਾਂ ਕੋਲ ਵੂਮੈਨਸ ਨਹੀਂ ਹੈ? ਹੁਣ 14 ਤਰੀਕ ਤੋਂ ਪੂਨੇ ਦੇ ਵਿੱਚ ਸੀਨੀਅਰ ਨੈਸ਼ਨਲ ਹੋ ਰਹੀ ਹੈ, ਜੇ ਐਂਡ ਕੇ ਦੀ ਪਾਰਟੀਸਪੇਸ਼ਨ ਨਹੀਂ ਹੈ, ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ? ਅਤੇ ਜੇ ਕੋਈ ਪੁੱਛੇਗਾ, ਸੇਮ ਗੱਲ ਥਰੈਡ ਹੈ, ਸੇਮ ਹੈ ਨਾ, ਥਰੈਡ ਹੈ। ਕਿਸ ਤਰ੍ਹਾਂ ਦੀ? ਦੇਖੋ ਸਰ, ਮੈਂ ਤੁਹਾਨੂੰ ਕਲੀਅਰ ਕਰਦੀ ਹਾਂ, ਕਲੀਅਰ ਕਰੋ, ਬਿਲਕੁਲ ਕਲੀਅਰ ਹੈ, ਮੈਂ ਡਰਦੀ ਨਹੀਂ ਕਿਸੇ ਕੋਲੋਂ। ਤੁਸੀਂ ਗੱਲ ਕਹਿੰਦੇ ਹੋ ਨਾ ਕਿ ਬੰਦੇ ਦਾ ਨਾਂ ਦੱਸੋ, ਬੰਦੇ ਦਾ ਇਹ ਦੱਸੋ, ਨਾਮ ਨੂੰ ਛੱਡੋ, ਜਦੋਂ ਅਸੀਂ ਨਾਮ ਦੱਸਿਆ ਸੀ ਉਦੋਂ ਕੀ ਕਰ ਲਿਆ? ਅੱਛਾ, ਨਾਮ ਤੁਸੀਂ ਪਹਿਲੇ ਡਿਸਕਸ ਕਰੋ। ਮੈਂ ਨਾਂ ਦੀ ਗੱਲ ਕਰ ਰਹੀ ਹਾਂ, ਸਾਡੀ ਇੱਕ ਲੜਕੀ ਦਾ ਇਸ਼ੂ ਹੋਇਆ ਸੀ ਲਾਸਟ ਈਅਰ ਨੈਸ਼ਨਲ ਦੇ ਕਰਕੇ, ਲੜਕੀਆਂ ਨੂੰ ਗੰਦੇ ਗੰਦੇ ਕਮੈਂਟਸ ਕੀਤੇ ਗਏ ਸੀ, ਉਹਦੇ ਤੇ ਇਸ਼ੂ ਹੋਇਆ ਸੀ। ਮੈਂ ਬੋਲ ਮਤਲਬ ਕਿ ਲੜਕੀਆਂ ਨੇ ਬੋਲਿਆ, ਸਭ ਕੁਝ ਕੀਤਾ, ਲੈਟਰ ਦਿੱਤੀ, ਸਭ ਕੁਝ ਕੀਤਾ। ਖੈਰ ਉਸ ਤੋਂ ਬਾਅਦ ਉਸ ਬੰਦੇ ਦਾ ਰਿਜ਼ਾਈਨ ਵੀ ਹੋ ਗਿਆ। ਸਾਨੂੰ ਸੈਕਟਰੀ ਮੈਡਮ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ, ਬਹੁਤ ਜ਼ਿਆਦਾ ਸਪੋਰਟ ਕੀਤਾ, ਲੜਕੀ ਸਾਡੀ ਨੈਸ਼ਨਲ ਵੀ ਖੇਡ ਕੇ ਆਈ। ਹੁਣ ਤੁਸੀਂ ਇਹ ਦੱਸੋ, ਦੇਖੋ ਸਰ, ਸਪੋਰਟ ਬਿਲਕੁਲ ਨਹੀਂ ਹੈ ਗਰਲਸ, ਮੈਨੂੰ ਤੁਸੀਂ ਦੱਸੋ, ਲੇਟੈਸਟ ਸੀਨੀਅਰ ਨੈਸ਼ਨਲ ਹੋ ਰਹੀ ਹੈ, ਜੇ ਐਂਡ ਕੇ ਦੀ ਟੀਮ ਕਿਉਂ ਨਹੀਂ ਗਈ? ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ? ਕਿੰਨੀ ਕੁ ਵਾਰੀ ਬੋਲੋਗੇ ਬੱਚੇ, ਕਿੰਨੀ ਕੁ ਵਾਰੀ ਆ ਕੇ ਇੱਥੇ ਪ੍ਰੈਸ ਕਾਨਫਰੰਸ ਕਰਨਗੇ, ਕਿੰਨੀ ਕੁ ਵਾਰੀ ਜਾ ਕੇ ਦਰਵਾਜ਼ੇ ਖੜਕਾਉਂਗੇ, ਕਿੰਨੀ ਕੁ ਵਾਰੀ? ਕੋਈ ਹੱਲ ਤੇ ਦਿਓ, ਕੋਈ ਰੀਜ਼ਨ ਤੇ ਦਿਓ ਕਿ ਜੋ ਤੁਸੀਂ ਕਹਿ ਰਹੇ ਹੋ ਹੁਣ ਜਿਹੜਾ ਨੈਸ਼ਨਲ ਹੋਣ ਜਾ ਰਿਹਾ ਲੇਡੀਜ਼ ਦਾ, ਉਹ ਚੱਲ ਰਿਹਾ, ਚੱਲ ਰਿਹਾ, ਬਿਲਕੁਲ ਪੂਨੇ ਦੇ ਵਿੱਚ ਚੱਲ ਰਿਹਾ ਜੀ। ਤੁਸੀਂ ਜਾ ਕੇ ਅਪੀਲ ਕੀਤੀ ਸੀ ਕਿ ਅਸੀਂ ਵੀ ਜਾਣਾ ਚਾਹੁੰਦੇ ਹਾਂ ਉੱਥੇ, ਕਿੱਥੇ? ਨੈਸ਼ਨਲ ਦੇ ਵਿੱਚ? ਬਿਲਕੁਲ। ਪਹਿਲੀ ਗੱਲ ਤੇ ਆ ਸਰ ਕਿ ਕੀਤੀ ਉੱਤੇ ਭਰਨ ਦੀ ਸਰ, ਪਹਿਲੀ ਗੱਲ ਤੇ ਆ, ਪਹਿਲੀ ਗੱਲ ਤੇ ਆ ਸਰ, ਅਸੀਂ ਪਰਸਨਲ ਵੇ ਤੇ ਉਹਨਾਂ ਦੇ ਆਫਿਸ ਤੇ ਨਹੀਂ ਜਾਂਦੇ, ਅਸੀਂ ਆਲਰੇਡੀ ਪਹਿਲੇ ਜਾ ਕੇ ਦੇਖ ਚੁੱਕੇ ਆ, ਸਾਡੇ ਲਈ ਦਰਵਾਜ਼ੇ ਉਹ ਬੰਦ ਹਨ, ਤੇ ਮੈਂ ਤੇ ਬਿਲਕੁਲ ਵੀ ਨਹੀਂ ਜਾਂਦੀ, ਠੀਕ ਹੈ? ਔਰ ਗਰਾਊਂਡ ਦੇ ਵਿੱਚ ਉਹ ਆਉਂਦੇ ਨਹੀਂ, ਜਦੋਂ ਉਹਨਾਂ ਨੇ ਕੋਈ ਆਪਣਾ ਟੂਰਨਾਮੈਂਟ ਕਰਵਾਉਣਾ ਉਹਨਾਂ ਨੇ ਤਦ ਹੀ ਆਣਾ, ਔਰ ਕੁਝ ਅਨਆਫੀਸ਼ੀਅਲੀ ਬੰਦੇ ਵੀ ਉੱਧਰ ਆਉਂਦੇ ਆ, ਠੀਕ ਹੈ ਨਾ? ਔਰ ਸਭ ਤੋਂ ਵੱਡੀ ਗੱਲ ਇਹ ਹੈ, ਐਸੋਸੀਏਸ਼ਨ ਦਾ ਮਤਲਬ ਹੁੰਦਾ, ਮੇਰੇ ਨਜ਼ਰੀਏ ਦੇ ਵਿੱਚ, ਮੈਨੂੰ 22 ਸਾਲ ਹੋ ਗਏ ਖੇਡਦੇ, ਐਸੋਸੀਏਸ਼ਨ ਦਾ ਮਤਲਬ ਇਹ ਹੈ ਕਿ ਜਿਹਨੇ ਹਾਕੀ ਖੇਡੀ ਹੋਈ
ਉਹੀ ਐਸੋਸੀਏਸ਼ਨ ਦਾ ਮੈਂਬਰ ਹੋਵੇ ਤੇ ਖੁਸ਼ੀ ਹੁੰਦੀ ਹੈ, ਕਿਉਂਕਿ ਇੱਕ ਪਲੇਅਰ ਦੀ ਜਿਹੜੀ ਤਕਲੀਫ ਹੈ ਉਹ ਪਲੇਅਰ ਹੀ ਸਮਝ ਸਕਦਾ, ਜਿਹਨੇ ਸਟਰਗਲ ਕੀਤਾ ਹੋਏਗਾ ਉਹੀ ਸਮਝੇਗਾ, ਠੀਕ ਹੈ ਨਾ। ਤੇ ਇੱਥੇ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਹਾਕੀ ਦੀ ABC ਨਹੀਂ ਪਤਾ, ਬੈਠੇ ਦੇ ਜਨਰਲ ਸੈਕਟਰੀ ਪੁੱਛ ਲਓ ਸਰ, ਅੱਜ ਜਿਸ ਤਰ੍ਹਾਂ ਤੁਸੀਂ ਸਾਡੇ ਕੋਲ ਆਏ ਉਹਨਾਂ ਨੂੰ ਵੀ ਪੁੱਛ ਕੇ ਦੇਖੋ ਕਿੰਨੇ ਕੁ ਨੈਸ਼ਨਲ ਲਗਾਏ ਆ, ਹਾਕੀ ਦੀ ਲੈਂਥ ਕਿੰਨੀ ਹੁੰਦੀ ਹੈ, ਬਾਲ ਦਾ ਵੇਟ ਕਿੰਨਾ ਹੁੰਦਾ ਹਾਕੀ ਦਾ, ਠੀਕ ਹੈ ਨਾ। ਤੁਹਾਡਾ ਕਹਿਣ ਤੋਂ ਮਤਲਬ ਜਿਨ੍ਹਾਂ ਨੇ ਹਾਕੀ ਨਹੀਂ ਖੇਡੀ ਉਹ ਐਸੋਸੀਏਸ਼ਨ ਦੇ ਮੈਂਬਰ ਹਨ, ਤੇ ਜਿਹੜੇ ਜਿਹੜੇ ਵਿਚਾਰੇ ਹਾਕੀ ਖੇਡਦੇ ਆ ਉਹਨਾਂ ਨੂੰ ਤੁਸੀਂ ਬੈਨ ਕਰ ਦਿਓ, ਉਹਨਾਂ ਨੂੰ ਤੁਸੀਂ ਬਸ ਰਿਫਿਊਜ਼ ਕਰ ਦਿਓ। ਲੜਕੀਆਂ ਲਈ ਤੇ ਤੁਸੀਂ ਛੱਡ ਹੀ ਦਿਓ ਸਰ, ਕਿ ਇੱਥੇ ਇਸ ਗਰਾਊਂਡ ਦੇ ਵਿੱਚ ਲੜਕੀਆਂ ਦੇ ਵਿੱਚ ਕੀ ਕੀ ਹੁੰਦਾ, ਕਦੇ ਨਿਕਰਾਂ ਤੇ ਕਮੈਂਟ ਕੀਤੇ ਜਾਂਦੇ ਆ, ਕਦੇ ਕੀ ਕਮੈਂਟ ਕੀਤੇ ਜਾਂਦੇ ਆ। ਇਸ ਮੁੱਦੇ ਤੇ ਲਾਸਟ ਈਅਰ ਮੈਂ ਗੱਲ ਕਰ ਚੁੱਕੀ ਹਾਂ, ਇਸ ਚੀਜ਼ ਤੇ ਗੱਲ ਹੋਈ ਵੀ ਹੈ ਸਾਡੀ, ਲੇਕਿਨ ਗੱਲ ਇਹ ਹੈ ਐਂਡ ਇੱਥੇ ਹੀ ਖਤਮ ਹੁੰਦਾ ਹੈ ਕਿ ਕੋਈ ਵੀ ਰੀਜ਼ਨ ਤੁਹਾਨੂੰ ਉਧਰੋਂ ਨਹੀਂ ਮਿਲੇਗਾ, ਕੁਛ ਨਹੀਂ। ਪੂਰੇ ਪੰਜਾਬ ਛੱਡੋ, ਹਰਿਆਣਾ ਛੱਡੋ, ਉੱਥੇ ਰਿਜ਼ਲਟ ਕਿਉਂ ਆਉਂਦਾ, ਸਾਲ ਦੀ ਨਾ 50 ਤੋਂ ਵੱਧ ਉੱਪਰ ਟੂਰਨਾਮੈਂਟਸ ਹੁੰਦੀਆਂ ਆ, ਉਹਦੇ 'ਤੇ ਇਹ ਨਹੀਂ ਕਿਹਾ ਜਾਂਦਾ ਤੂੰ ਕਿਹੜੇ ਕਲੱਬ ਤੋਂ ਹੈ, ਤੂੰ ਕਿਹੜੇ ਕਲੱਬ ਤੋਂ ਹੈ, ਠੀਕ ਹੈ। ਲੇਕਿਨ ਸਾਡੇ ਜੰਮੂ ਦੇ ਵਿੱਚ ਹੀ, ਕਿਉਂਕਿ ਇੱਥੇ ਡਾਇਮੰਡ ਆ ਨਾ, ਇੱਥੇ ਹੀ ਪੁੱਛਿਆ ਜਾਂਦਾ ਕਿ ਪਲੇਅਰ ਕਿੱਦਾਂ ਕਿੱਦਾਂ, ਬਸ ਆਪਸ 'ਤੇ ਲੜਾਂਗੇ, ਦੈਟਸ ਇਟ। ਤੇ ਜਿਹੜਾ ਬੋਲੇਗਾ ਉਹ ਗਲਤ ਹੋ ਗਿਆ, ਉਹ ਦੁਬਾਰਾ ਗਰਾਊਂਡ ਹੀ ਨਹੀਂ ਆਏਗਾ, ਉਹ ਬੈਨ ਕਰ ਦਿੱਤਾ ਜਾਏਗਾ, ਬਿਲਕੁਲ ਉਹ ਗਰਾਊਂਡ ਹੀ ਨਹੀਂ ਆਏਗਾ। ਇਸ ਦਾ ਮਤਲਬ ਸਪੋਰਟਸ ਕੌਂਸਲ ਜਿਹੜੀ ਹੈ ਉਹਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਸਪੋਰਟਸ ਕੌਂਸਲ ਜਿਹੜੀ ਹੈ ਉਹ ਸਪੋਰਟ ਤੇ ਹੈ, ਐਸੋਸੀਏਸ਼ਨ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਬਿਲਕੁਲ ਹਾਕੀ ਜੀਐਂਡਕੇ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਹਾਕੀ ਐਸੋਸੀਏਸ਼ਨ ਜਿਹੜੀ, ਬਿਲਕੁਲ ਜੀ ਬਿਲਕੁਲ। ਉਹ ਚਾਹੁੰਦੇ ਕਿ ਹਾਕੀ ਜੀਐਂਡਕੇ ਦੇ ਜਿੰਨੇ ਵੀ ਮੈਂਬਰ ਹਨ ਉਹਨਾਂ ਨੂੰ ਚੇਂਜ ਕੀਤਾ ਜਾਏ, ਨਵੇਂ ਮੈਂਬਰ ਆਣ ਤਾਂ, ਨਵੇਂ ਮੈਂਬਰ ਜਿਨ੍ਹਾਂ ਨੇ ਹਾਕੀ ਖੇਡੀ ਹੈ ਉਹੀ ਆਣ। ਚੇਂਜ ਕਰਨ ਦੇ ਬਜਾਏ ਜੋ ਅਸਲੀ ਰੂਪ ਰੇਖਾ ਹੈ ਉਹ ਸਾਨੂੰ ਸਾਰਿਆਂ ਨੂੰ ਕਲੀਅਰ ਹੋਣੀ ਚਾਹੀਦੀ ਹੈ। ਅਸੀਂ ਕਿਸੇ ਨੂੰ ਪਰਸਨਲੀ ਇਹ ਨਹੀਂ ਕਹਿੰਦੇ ਚੇਂਜ ਕਰੋ, ਅਗਰ ਉਹ ਸਾਨੂੰ ਲੱਗ ਰਿਹਾ ਕਿ ਸਾਡਾ ਚੇਂਜ ਨਹੀਂ ਕਰਨ, ਲੇਕਿਨ ਸਿਸਟਮ ਤੇ ਸਿਸਟਮ ਨੂੰ ਸਾਨੂੰ ਸਿਸਟਮ ਕਿਉਂ ਨਹੀਂ ਚੇਂਜ ਕਰਦੇ, ਸਾਨੂੰ ਦੱਸਿਆ ਜਾਏ ਨਾ ਸਾਡੇ ਪਰ ਬਜਟ ਕਿੰਨਾ ਖਰਚਾ ਕੀਤਾ ਜਾਂਦਾ ਹੈ, ਸਾਡੇ ਪਰ ਪੈਸਾ ਕਿੰਨਾ ਲੱਗ ਰਿਹਾ, ਪਲੇਅਰ ਪਰ ਪਲੇਅਰ ਨੂੰ ਤਿਆਰ ਕਰਨਾ ਕਿੰਨਾ ਪੈਸਾ। ਜਿਸ ਤਰ੍ਹਾਂ ਸਰ ਨੇ ਤੁਹਾਡੇ ਨਾਲ ਗੱਲ ਡਿਸਕਸ ਕੀਤੀ ਹੈ ਕਿ ਓਪਨ ਟੂਰਨਾਮੈਂਟ ਚੱਲ ਰਹੀ ਹੈ, ਓਪਨ ਦਾ ਮਤਲਬ ਹੁੰਦਾ ਤੁਸੀਂ ਕਿਤੇ ਵੀ ਕਿਸੇ ਵੀ ਕਲੱਬ ਤੇ ਤੁਸੀਂ ਖੇਡ ਸਕਦੇ ਹੋ, ਕਿਦੋਂ ਵੀ ਪਲੇਅਰ ਲਿਆ ਕੇ ਖੇਡ ਸਕਦੇ ਹੋ, ਠੀਕ ਹੈ। ਲੇਕਿਨ ਇੱਥੇ ਵੈਸਾ ਹੈ ਹੀ ਨਹੀਂ ਆ, BSF ਦੇ ਪਲੇਅਰ ਅਗਰ ਖੇਡਦੇ ਆ ਕਿਸੇ ਟੀਮ ਦੇ ਵਿੱਚ, 2017 ਦੇ ਵਿੱਚ BSF ਟੀਮ ਹੀ ਫਾਈਨਲ ਲੈ ਕੇ ਜਾ ਰਹੀ ਹੈ। ਲਾਸਟ ਕੁਐਸਚਨ ਸਰ ਤੁਹਾਡੇ, ਤੁਸੀਂ ਕਿਹਾ ਕਿ LG ਸਾਹਿਬ ਨੇ ਸਾਨੂੰ ਐਸਟਰੋ ਟਰਫ ਦਿੱਤੀ ਹੈ ਇੱਥੇ, ਜੀ ਜੀ, LG ਸਾਹਿਬ ਨੂੰ ਕੀ ਇਸ ਵੇਲੇ ਅਪੀਲ ਕਰਨਾ ਚਾਹੋਗੇ, ਕਿਉਂਕਿ ਹੁਣ ਕਲੋਜ਼ਿੰਗ ਹੀ ਕਰਾਂਗੇ, ਸਾਰੀ ਗੱਲ ਤੁਹਾਡੀ ਕਲੀਅਰ ਹੋ ਗਈ ਹੈ, ਲਾਸਟ ਅਸੀਂ ਚਾਹਾਂਗੇ ਕਿ ਤੁਸੀਂ ਅਪੀਲ ਇੱਕ LG ਸਾਹਿਬ ਨੂੰ ਕਰੋ ਸਾਰੇ ਕਲੱਬਾਂ ਤਰਫੋਂ। ਅਸੀਂ LG ਸਾਹਿਬ ਅਤੇ ਸਪੋਰਟਸ ਕੌਂਸਲ ਨੂੰ ਇੱਕੋ ਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਡਾ ਇਸ ਕਾਨਫਰੰਸ ਦਾ ਜੋ ਅੱਜ ਇਹ ਕਾਨਫਰੰਸ ਕੀਤੀ ਜਾ ਰਹੀ ਹੈ, ਇਸ ਦਾ ਰਿਜ਼ਲਟ ਸਾਨੂੰ ਇਮੀਡੀਏਟ ਦੇ ਦਿੱਤਾ ਜਾਏ, ਸਾਡੇ 'ਤੇ ਐਕਸ਼ਨ ਜਲਦੀ ਤੋਂ ਜਲਦੀ ਐਕਸ਼ਨ ਕੀਤਾ ਜਾਏ, ਜਿਹੜੀ ਗੰਦਗੀ ਹੈ ਜਲਦੀ ਤੋਂ ਜਲਦੀ ਸਾਫ਼ ਕੀਤੀ ਜਾਏ, ਤਾਂ ਕਿ ਇਸ ਔਰ ਇਹ ਜੋ ਹਾਕੀ ਆਪਣੀ ਜੀਐਂਡਕੇ ਹਾਕੀ ਹੈ ਇਸ ਦੇ ਉੱਪਰ ਲਗਾਮ ਕੱਸੀ ਜਾਏ ਅਤੇ ਸਾਨੂੰ ਬੱਚਿਆਂ ਦਾ ਫਿਊਚਰ ਜਿਹੜਾ ਸਾਨੂੰ ਸੇਫ ਕਰਕੇ ਦੱਸਿਆ ਜਾਏ। ਔਰ ਜਿਹੜੇ ਪਲੇਅਰ ਵੱਡੇ ਨੈਸ਼ਨਲ ਰਿਟਾਇਰਡ ਹਨ ਉਹਨਾਂ ਵਾਸਤੇ ਕੀ, ਉਹਨਾਂ ਨੂੰ ਕੀ ਰਿਕੁਐਸਟ ਕਰੋਗੇ? ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਰੇ ਸਾਡੇ ਨਾਲ ਲਾ ਕੇ ਖੜ੍ਹੇ ਹੋ ਜਾਓ, ਤੁਸੀਂ ਵੀ ਸਾਰਾ ਕੁਝ ਜਾਣਦੇ ਹੋ, ਤੁਸੀਂ ਵਿੱਚ ਬੈਠੇ ਹੋ, ਤੁਹਾਨੂੰ ਸਭ ਪਤਾ ਹੈ, ਕੈਂਪ ਗੋਲ ਗੁਜਰਾਲ ਹੈ, ਇੱਥੇ ਚੱਠਾ ਕੈਂਪ ਹੈ, ਚੁਆਲਾ ਜੁਆਰਾਵਰ ਹੈ, ਆਪਣਾ ਗੁਰੂ ਨਾਨਕ ਨਗਰ ਕਲੱਬ, 3-4 ਕਲੱਬ ਸਨ ਪਹਿਲੇ, ਅੱਜ ਕੋਲ ਇੱਕ ਵੀ ਨਜ਼ਰ ਨਹੀਂ ਆਉਂਦਾ ਸਾਡੇ ਵੀਰ ਕਿੱਥੇ ਚਲੇ ਗਏ ਨੇ। ਵੀ ਤੁਹਾਡੀ ਆਵਾਜ਼ ਆ ਰਹੀ ਹੈ, ਜਿਹੜੇ ਜੀਐਂਡਕੇ ਤੋਂ ਬਾਹਰ ਪਲੇਅਰ ਸਨ ਜਿਹੜੇ ਸੁਣ ਰਹੇ ਤੁਹਾਨੂੰ, ਉਹਨਾਂ ਨੂੰ ਕੀ ਕਹੋਗੇ? ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਸਾਡੀ ਸਪੋਰਟ ਵਿੱਚ ਬਿਲਕੁਲ ਦਿਲੋਂ ਜਾਣ ਤੇ ਆਓ, ਤਾਂ ਕਿ ਸਾਡੇ ਜੀਐਂਡਕੇ ਦੇ ਬੱਚਿਆਂ ਦਾ ਫਿਊਚਰ ਸੇਫ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।